ਜਿਹੜੇ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਹੈ ਉਹਨਾਂ ਨੂੰ ਪਤਾ ਹੈ ਕਿ ਆਪਾਂ ਚੈਨਲ ਦੇ ਉੱਤੇ ਰਾਈਟਿੰਗ ਤੇ ਸਪੀਕਿੰਗ ਦਾ ਜਿਹੜਾ ਮਟੀਰੀਅਲ ਹੈ ਉਹ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਵਾ ਚੁੱਕੇ ਹਾਂ ਜਿਹੜੇ ਬੱਚਿਆਂ ਨੂੰ ਨਹੀਂ ਮਿਲਿਆ ਉਹ ਟੈਲੀਗ੍ਰam ਚੈਨਲ ਦੇ ਉੱਤੇ ਜਾ ਕੇ ਲੈ ਸਕਦੇ ਆ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਆ ਜੇ ਲਿੰਕ ਵਰਕ ਨਹੀਂ ਕੀਤਾ ਤਾਂ ਸਿੰਪਲ ਆਇਲੈਸ ਪਲਾਜ਼ਾ ਸਰਚ ਕਰ ਲਿਓ ਟੈਲੀਗ੍ਰam ਤੇ ਜਾ ਕੇ ਤੁਹਾਨੂੰ ਮਟੀਰੀਅਲ ਮਿਲ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਤੁਹਾਡੇ ਨਾਲ ਲਿਸਨਿੰਗ ਤੇ ਰੀਡਿੰਗ ਦਾ ਮਟੀਰੀਅਲ ਪ੍ਰੋਵਾਈਡ ਕਰਵਾਵਾਂਗੇ ਜਿਹੜੇ ਬੱਚਿਆਂ ਨੂੰ ਚਾਹੀਦਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਉਹ ਮਟੀਰੀਅਲ ਫ੍ਰੀ ਦੇ ਵਿੱਚ ਲੈਣਾ ਜਾਂ ਫਿਰ ਕਿਸੇ ਹੋਰ ਚੈਨਲ ਦੇ ਉੱਤੇ ਜਾ ਕੇ ਉਸ ਮਟੀਰੀਅਲ ਨੂੰ ਬਾਏ ਕਰਨਾ ਹੈਲੋ एवरीवन ਥੈਂਕਸ ਫॉर ਵਾਚਿੰਗ ਯੋਰ ਫੇਵਰਿਟ YouTube ਚੈਨਲ ਆਇਲਸ ਪਲਾਜ਼ਾ ਵੈਲਕਮ ਬੈਕ ਇਨ ਅਨਦਰ ਵੀਡੀਓ ਇੱਕ ਖਬਰ ਨਿਕਲ ਕੇ ਆਈ ਹੈ ਜੀ ਪੰਜਾਬ ਤੋਂ ਹੀ ਆ ਤੇ ਆਇਲਸ ਦੇ ਨਾਮ ਦੇ ਉੱਤੇ ਬੱਚਿਆਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਜਿਸ ਦੀ ਅਪਡੇਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈ ਕਿਉਂਕਿ ਇਹ ਚੈਨਲ ਤੁਹਾਡਾ ਆਇਲਸ ਦਾ ਐਗਜ਼ਾਮ ਕਲੀਅਰ ਕਰਨ ਦੇ ਵਿੱਚ ਤੁਹਾਡੀ ਕਾਫੀ ਦਾ ਆਲਸ ਦੇ ਵਿੱਚੋਂ ਵੱਧ ਨੰਬਰ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 378000 ਰੁਪਏ ਦੀ ਠੱਗੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਆਲਸ ਦੇ ਵਿੱਚੋਂ ਵੱਧ ਨੰਬਰ ਦਿਵਾਉਣ ਦਾ ਝਾਂਸਾ ਦੇ ਕੇ 378000 ਰੁਪਏ ਦੀ ਠੱਗੀ ਮਾਰਨ ਦੇ ਦੋ ਸ਼ੇਟ ਦੋ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਪੁਲਿਸ ਨੂੰ ਦਰਜ ਕਰਵਾਏ ਬਿਆਨ ਦੇ ਵਿੱਚ ਪ੍ਰਭਜੀਤ ਸਿੰਘ ਪੁੱਤਰ ਗੁਰਪਤਾਰ ਸਿੰਘ ਵਾਸੀ ਪਿੰਡ ਟੋਟੀਆਂ ਨੇ ਦੱਸਿਆ ਕਿ ਉਹ ਪ੍ਰਾਈਵੇਟ ਹਸਪਤਾਲ ਵਿੱਚ ਬਤੌਰ ਐਂਬੂਲੈਂਸ ਡਰਾਈਵਰ ਵਜੋਂ ਨੌਕਰੀ ਕਰਦਾ ਹੈ ਤੇ ਉਸਨੇ ਵਿਦੇਸ਼ ਜਾਣਾ ਸੀ ਉਸਨੇ ਦੱਸਿਆ ਕਿ ਪਰਮਜੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਹਮਸਲਾ ਹੋ ਕੇ ਉਸਨੂੰ ਆਇਲਸ ਦੇ ਵਿੱਚੋਂ ਵੱਧ ਬੈਂਡ ਦੀ ਬਵਾਉਣ ਦੇ ਸੁਪਨੇ ਵੀ ਖਾ ਕੇ ਮੇਰੇ ਕੋਲੋਂ 385000 ਰੁਪਏ ਦੀ ਮੰਗ ਕੀਤੀ ਉਕਤ ਵਿਅਕਤੀਆਂ ਨੇ ਮੇਰੇ ਤੋਂ ਵੱਖ-ਵੱਖ ਤਰੀਕਿਆਂ ਨੂੰ 378000 ਰੁਪਏ ਆਪਣੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਲਏ ਪੈਸੇ ਲੈਣ ਦੇ ਬਾਵਜੂਦ ਉਕਤ ਵਿਅਕਤੀਆਂ ਨੇ ਉਸ ਨੂੰ ਨਾ ਤਾਂ ਆਇਲਸ ਦੇ ਵਿੱਚੋਂ ਨੰਬਰ ਦਿਵਾਏ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਸਗੋਂ ਲਾਰਾ ਲੱppa ਲਗਾ ਕੇ ਸਮਾਂ ਲਗਾਉਂਦੇ ਰਹੇ ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਕਰ ਦਿੱਤੀ ਹੈ ਇਸ ਸਬੰਧੀ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵੱਲੋਂ ਕਰਨ ਦੇ ਉਪਰੰਤ ਪਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਹਿਮੂਦਪੁਰਾ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਮਤਲਬ ਕਿ ਕੁਝ ਬੱਚੇ ਆਪਾਂ ਵੀ ਦੇਖਦੇ ਆ ਵੀ ਕੋਈ ਸ਼ਾਰਟਕਟ ਬਲ ਜਾਂਦੇ ਆ ਬੈਂਡ ਸਕੋਰ ਲੈਣ ਦੀ ਕੋਸ਼ਿਸ਼ ਕਰਦੇ ਆ ਜਦੋਂ ਉਹਨਾਂ ਦੇ ਆਇਲਸ ਦੇ ਵਿੱਚੋਂ ਬੈਂਡ ਨਹੀਂ ਆਉਂਦੇ ਬੈਂਡ ਖਰੀਦਣ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਦਾ ਕੋਈ ਫਾਇਦਾ ਨਹੀਂ ਆਪਾਂ ਇਹਦਾ ਰਿਜ਼ਲਟ ਆਪਾਂ ਦੇਖ ਹੀ ਸਕਦੇ ਆ ਕਿਉਂਕਿ ਕੁਝ ਇੱਥੇ ਲੋਕ ਅਜਿਹਾ ਆਪਣੇ ਨਾਲ ਧੋਖੇ ਕਰਦੇ ਆ ਤੇ ਜੇ ਆਪਾਂ ਬੈਂਡ ਸਕੋਰ ਲੈ ਵੀ ਲੈਂਦੇ ਆ ਤਾਂ ਐਮਬੈਸੀ ਆਪਾਂ ਨੂੰ ਰਿਫਿਊਜ਼ਲ ਵੀ ਦੇ ਸਕਦੀ ਹੈ ਕਿਉਂਕਿ ਰਿਫਿਊਜ਼ਲ ਦਿੰਦੀਆਂ ਨੇ ਤੇ ਇੱਥੋਂ ਤੱਕ ਕਿ ਕੈਨੇਡਾ ਦੀ ਸਰਕਾਰ ਨੇ ਬੱਚੇ ਡਿਪੋਰਟ ਵੀ ਕੀਤੇ ਆ ਜਿਨ੍ਹਾਂ ਨੂੰ ਆਇਲਸ ਦਾ ਆਇਲਸ ਦੇ ਬਾਰੇ ਕੁਝ ਨਹੀਂ ਪਤਾ ਸੀ ਅੰਗਰੇਜ਼ੀ ਬੋਲਣੀ ਨਹੀਂ ਤਾ ਮੇਰਾ ਤੁਹਾਨੂੰ ਤੁਹਾਡੇ ਲਈ ਇੱਕੋ ਹੀ ਸਲਾਹ ਕਿ ਆਪਣੀ ਪ੍ਰੈਪਰੇਸ਼ਨ ਤੇ ਫੋਕਸ ਰੱਖੋ ਠੀਕ ਹੈ ਤੁਹਾਨੂੰ ਕੋਈ ਵੀ ਮਟੀਰੀਅਲ ਚਾਹੀਦਾ ਕੋਈ ਵੀ ਹੈਲਪ ਚਾਹੀਦਾ ਕਮੈਂਟ ਸੈਕਸ਼ਨ ਵਿੱਚ ਸ਼ੇਅਰ ਕਰੋ ਇਸ ਤਰ੍ਹਾਂ ਦੀ ਨਿਊਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਤੁਹਾਡੇ ਆਲੇ ਦੁਆਲੇ ਕੀ ਹੁੰਦਾ ਜਦੋਂ ਤੁਹਾਡੇ ਨਾਲ ਵੀ ਇਸ ਮਤਲਬ ਕਿ ਤੁਹਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗੇ ਨਿਊਜ਼ ਦਾ ਤੁਹਾਨੂੰ ਵੀ ਕੋਈ ਆ ਕੇ ਕਹੇ ਕਿ ਅਸੀਂ ਤੁਹਾਨੂੰ ਬੈਂਡ ਸਕੋਰ ਦਿਵਾ ਸਕਦੇ ਹਾਂ ਤਾਂ ਤੁਹਾਨੂੰ ਪਤਾ ਹੋਵੇ ਕਿ ਉਹ ਕਿਸ ਬੇ ਦੇ ਨਾਲ ਗੱਲ ਕਰ ਰਿਹਾ ਤੇ ਤੁਹਾਡੇ ਨਾਲ ਧੋਖਾ ਵੀ ਹੋ ਸਕਦਾ ਤਾਂ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਜਾਣਕਾਰੀ ਚੰਗੀ ਲੱਗੀ ਆ ਇੱਕ ਕਮ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ ਹੀ ਸਾਰਿਆਂ ਦਾ